ਗੱਲ ਕਰਦੇ ਆ ਆਸਟ੍ਰੇਲੀਆ ਦੀ ਆਸਟ੍ਰੇਲੀਆ ਜਾਣ ਵਾਲੇ ਸਟੂਡੈਂਟ ਬਹੁਤ ਜ਼ਿਆਦਾ ਹੈਗੇ ਆ ਪਰ ਆਸਟ੍ਰੇਲੀਆ ਪਿਛਲੇ ਲੰਬੇ ਸਮੇਂ ਤੋਂ ਆਪਾਂ ਦੇਖ ਰਹੇ ਆ तकरीबन ਦੋ ਸੈਸ਼ਨ ਹੀ ਹੋ ਚੁੱਕੇ ਆ ਇਨਟੇਕ ਆਪਾਂ ਕਹਿ ਸਕਦੇ ਆ ਕਿ ਵੀਜ਼ੇ ਨਹੀਂ ਦੇ ਰਿਹਾ ਬਹੁਤ ਜ਼ਿਆਦਾ ਟਫ ਹੋਇਆ ਪਿਆ ਵੀਜ਼ਾ ਲੈਣਾ ਆਸਟ੍ਰੇਲੀਆ ਦਾ ਮੈਂ ਮ ਕਿਹੜਾ ਕਿਸ ਕੀ ਸੌਖਾ ਤਰੀਕਾ ਹੈਗਾ ਜਿਹੜੇ ਸਟੂਡੈਂਟ ਆਸਟ੍ਰੇਲੀਆ ਹੀ ਜਾਣਾ ਚਾਹੁੰਦੇ ਆ ਜਿਨ੍ਹਾਂ ਦਾ ਡ੍ਰੀਮ ਡੈਸਟੀਨੇਸ਼ਨ ਆਸਟ੍ਰੇਲੀਆ ਹੀ ਹੈ ਕਿ ਉਹਨਾਂ ਲਈ ਕੋਈ ਆਪਸ਼ਨ ਬਚਦੀ ਹੈ ਇਸ ਟਾਈਮ ਜਾਣ ਦੀ ਪਲਵਿੰਦਰ ਜੀ ਸਭ ਤੋਂ ਜਿਹੜੀ ਗੱਲ ਤੁਸੀਂ ਕੀਤੀ ਹੈ ਕਿ ਆਸਟ੍ਰੇਲੀਆ ਵੀਜ਼ਾਸ ਨਹੀਂ ਦੇ ਰਿਹਾ ਕਨਫਰਮੇਸ਼ਨ ਆਫ ਇਨਰੋਲਮੈਂਟ ਨਹੀਂ ਆ ਰਹੀਆਂ ਇਹ ਕਿਤੇ ਨਾ ਕਿਤੇ ਸਟੂਡੈਂਟ ਦੀ ਜਿਹੜੀ ਜਸਟੀਫਿਕੇਸ਼ਨ ਨਾ ਪ੍ਰੋਪਰ ਤਰੀਕੇ ਨਾਲ ਯੂਨੀਵਰਸਿਟੀ ਕਾਲਜਿਸ ਦੇ ਕੋਲ ਜਾਂ ਐਮਬੈਸੀ ਦੇ ਕੋਲ ਪ੍ਰੋਪਰ ਤਰੀਕੇ ਨਾਲ ਨਹੀਂ ਜਾ ਰਹੀ ਆਸਟ੍ਰੇਲੀਆ ਨੂੰ ਵੀਜ਼ਾ ਦੇਣ ਦੇ ਵਿੱਚ ਕੋਈ ਦਿੱਕਤ ਜਾਂ ਪਰੇਸ਼ਾਨੀ ਨਹੀਂ ਸਾਡੇ ਪੈਨਲ ਤੇ ਇਸ ਟਾਈਮ ਜਿੰਨੇ ਵੀ ਮਾਰਾ ਇਜ਼ੈਂਟਸ ਕੰਮ ਕਰ ਰਹੇ ਨੇ ਅਸੀਂ ਆਪਣੀ ਨਿਊ ਕੰਪਨੀ ਜਿਹੜੀ ਆਪਣੀ ਬ੍ਰਾਂਚ ਕ੍ਰੀਏਟਿਵ ਫਿਚਰ ਦੀ ਉੱਥੇ ਓਪਨ ਕਰਨ ਜਾ ਰਹੇ ਆ ਸਾਰਾ ਸਾਡਾ ਜਿੰਨਾ ਸਟੂਡੈਂਟ ਹੈ ਉਹੋ ਸਟੂਡੈਂਟ ਗ੍ਰੈਂਟ ਸਾਰਾ ਸਾਡਾ ਕਲਚਰ ਪ੍ਰੋਗਰਾਮ ਦੇ ਵਿੱਚ ਗੈਪ ਦੇ ਨਾਲ ਅਪਲਾਈ ਕਰਕੇ ਵੀਜ਼ਾ ਲੈ ਕੇ ਗਿਆ ਔਰ ਉੱਥੇ ਜਿਹੜੇ ਬੱਚਾ ਨੂੰ ਮੈਡੀਕਲ ਜਿਹੜਾ ਡੇਟ ਨਹੀਂ ਮਿਲ ਰਹੀਆਂ ਮੈਡੀਕਲ ਕਰਵਾ ਕੇ ਉਹਨਾਂ ਨੇ ਵੀਜ਼ਾ ਗ੍ਰਾਂਟ ਕਰਨਾ ਤੇ ਉਹਨਾਂ ਨੇ ਉਹਦੇ ਤੇ ਬੱਚੇ ਨੂੰ ਬਰੀਜ਼ਿੰਗ ਵੀਜ਼ਾ ਦੇ ਦਿੱਤਾ ਇਟ ਮੀਨਸ ਆਸਟ੍ਰੇਲੀਆ ਨਹੀਂ ਚਾਹੁੰਦਾ ਕਿ ਬੱਚਾ ਵਾਪਸ ਜਾਵੇ ਜਾਂ ਆਸਟ੍ਰੇਲੀਆ ਦੀ ਇਹੋ ਜੀ ਕੋਈ ਮਨਛਾ ਨਹੀਂ ਹੈ ਕਿ ਉਹਨੇ ਵੀਜ਼ਾ ਨਹੀਂ ਦੇਨੇ ਆਸਟ੍ਰੇਲੀਆ ਦੇਖ ਰਿਹਾ ਜੈਨੂਇਨਟੀ ਆਸਟ੍ਰੇਲੀਆ ਦੇਖ ਰਿਹਾ ਤੁਸੀਂ ਕਿੰਨੇ ਕ ਜੈਨੂਅਲ ਸਟੂਡੈਂਟ ਹੋ ਕਿੰਨਾ ਕ ਤੁਹਾਡਾ ਜਿਹੜਾ ਇਹ ਇੱਕ career ਉਤੇ ਕੰਮ ਕਰਨ ਦਾ ਫੋਕਸ ਹੈ ਕਿੰਨਾ ਕੁ ਤੁਹਾਡੇ ਕੋਲ ਸਕਿਲਸ ਹੈਗੇ ਨੇ ਜੇ ਤੁਸੀਂ ਕਹੋਗੇ ਜੇ ਪਹਿਲਾ ਸਮਾਂ ਸੀਗਾ ਜਦੋਂ ਆਸਟ੍ਰੇਲੀਆ ਸਾਨੂੰ ਵੀਜ਼ਾ ਦਿੱਤਾ ਸੀਗਾ ਉਦੋਂ ਫੰਡ ਵੀ ਜ਼ਿਆਦਾ ਪ੍ਰੋਪਰ ਤਰੀਕੇ ਨਾਲ ਚੈੱਕ ਨਹੀਂ ਹੁੰਦੇ ਸੀਗੇ ਤੇ ਉਹਨਾਂ ਨੂੰ ਇੰਨਾ ਜ਼ਿਆਦਾ ਚੀਜ਼ਾਂ ਬਾਰੇ ਮੈਨਿਪੂਲੇਸ਼ਨ ਬਾਰੇ ਨਹੀਂ ਪਤਾ ਸੀ ਜਿਵੇਂ ਆਸਟ੍ਰੇਲੀਆ ਨੂੰ ਮੈਨਿਪੂਲੇਸ਼ਨ ਬਾਰੇ ਪਤਾ ਲੱਗਦਾ ਗਿਆ ਲਾਸਟ ਕੋਵਿਡ ਤੋਂ ਬਾਅਦ ਜਿੰਨੀਆਂ ਫਾਈਲਸ ਪੁਟ ਆਨ ਹੋਈਆਂ ਹਰਿਆਣਾ ਬੋਰਡ ਦੇ ਜਿਹੜੇ ਲਾਸਟ ਡਾਕੂਮੈਂਟਸ ਪੇਪਰਵਰਕ ਬਣ ਕੇ ਗਿਆ ਆਸਟ੍ਰੇਲੀਆ ਦੇ ਵਿੱਚ ਉਸ ਤੋਂ ਬਾਅਦ ਆਸਟ੍ਰੇਲੀਆ ਕਾਫੀ ਟਫ ਹੋ ਗਿਆ ਰੀਜ਼ਨ ਕਿ ਹਰ ਡਾਕੂਮੈਂਟ ਦੀ ਵੈਰੀਫਿਕੇਸ਼ਨ ਮੰਗਦਾ ਆਸਟ੍ਰੇਲੀਆ ਜਸਟੀਫਿਕੇਸ਼ਨ ਮੰਗ ਰਿਹਾ ਆਸਟ੍ਰੇਲੀਆ ਜੇ ਤੁਸੀਂ ਪ੍ਰੋਪਰ ਤਰੀਕੇ ਨਾਲ ਪੇਪਰਵਰਕ ਕਰਕੇ ਪ੍ਰੋਪਰ ਤਰੀਕੇ ਨਾਲ ਐਮਬੈਸੀ 'ਚ ਫਾਈਲ ਲਾਉਂਦੇ ਹੋ ਜਾਂ ਕਨਫਰਮੇਸ਼ਨ ਆਫ ਇਨਰੋਲਮੈਂਟ ਪ੍ਰੋਪਰ ਤਰੀਕੇ ਨਾਲ ਜਿਹੜੀ ਉੱਥੇ ਕਾਲਜ ਯੂਨੀਵਰਸਿਟੀ ਵਿੱਚ ਜਦੋਂ ਅਪਲਾਈ ਕਰ ਰਹੇ ਆਂ ਆਪਣੀ ਬੈਂਕਿੰਗ ਨੂੰ ਲੈ ਕੇ ਜਸਟੀਫਿਕੇਸ਼ਨ ਕਲੈਰੀਫਿਕੇਸ਼ਨ ਪ੍ਰੋਪਰ ਤਰੀਕੇ ਨਾਲ ਤੁਸੀਂ ਦਿੰਦੇ ਹੋ ਤਾਂ ਮੈਨ ਨ ਪਰਮਿਸ਼ਨ ਆਫ ਇਨਰੋਲਮੈਂਟ ਰੁਕੇਗੀ ਜਾਂ ਤੁਹਾਡਾ ਵੀਜ਼ਾ ਰੁਕੇਗਾ ਬਟ ਜਿਹੜੀਆਂ ਚੀਜ਼ਾਂ ਅਸੀਂ ਪ੍ਰੋਪਰ ਨਹੀਂ ਕਰਦੇ ਫਾਈਲਿੰਗ ਪ੍ਰੋਪਰ ਨਹੀਂ ਹੁੰਦੀ ਜਾਂ ਸੀਓਈ ਅਪਲਾਈ ਕਰਨ ਦੇ ਟਾਈਮ ਪ੍ਰੋਪਰ ਤਰੀਕੇ ਨਾਲ ਤੁਹਾਡੀ ਬੈਂਕਿੰਗ ਦੇ ਉੱਤੇ ਜਸਟੀਫਿਕੇਸ਼ਨ ਨਹੀਂ ਜਾਂਦੀ ਮੇਰਾ ਕਹਿਣ ਦਾ ਮਤਲਬ ਇਹ ਆ ਕਿ ਤੁਹਾਡੀਆਂ ਆਈਟੀਆਰ ਆ ਉਹ ਦੱਸਣ ਬੋਲਣ ਕਿ ਇਹ ਤੁਹਾਡੀ ਬੈਂਕਿੰਗ ਉਹਦੇ ਚੋਂ ਆਈ ਆ ਜਾਂ ਤੁਹਾਡਾ ਕੋਈ ਫਾਰਮਰ ਦਾ ਬੱਚਾ ਹੈ ਜੇ ਫਾਰਮ ਬੋਲਣ ਕਿ ਇਹ ਪੈਸਾ ਉੱਥੋਂ ਆਇਆ ਜਿਹੜੀ ਬੈਂਕਿੰਗ ਆ ਬੱਚਾ ਫਾਈਨੈਂਸ਼ੀਅਲ ਤੋਂ ਅਰੇਂਜ ਕਰਾ ਲੈਂਦਾ ਬਟ ਉਹਦੇ ਜਿਹੜੇ ਵੀ ਪੇਪਰ ਵਰਕ ਆ ਜਿਹੜੇ ਫਾਈਨੈਂਸ਼ੀਅਲ ਡਾਕੂਮੈਂਟਸ ਉਹਦੇ ਵਿੱਚ ਕਿਤੇ ਵੀ ਉਹ ਫੰਡਿੰਗ ਦਿਖ ਨਹੀਂ ਰਹੀ ਹੁੰਦੀ ਤੇ ਉਥੇ ਕਿਤੇ ਨਾ ਕਿਤੇ ਜਣੀਆਂ ਕਨਫਰਮੇਸ਼ਨ ਆਫ ਇਨਰੋਲਮੈਂਟ ਬੱਚੇ ਦੀ ਰੋਕ ਦਿੱਤੀ ਜਾਂਦੀ ਆ ਜਾਂ ਡਿਲੇ ਕਰ ਦਿੱਤੀ ਜਾਂਦੀ ਆ ਜਾਂ ਪੋਸਟਪੋਨ ਕਰ ਦਿੱਤੀ ਜਾਂਦੀ ਆ ਜਾਂ ਅਵੇਟਿੰਗ ਦੇ ਵਿੱਚ ਹੀ ਪਈ ਰਹਿੰਦੀ ਆ ਤਾਂ ਕਿ ਬੱਚਾ ਵੇਟ ਕਰੇ ਤੇ ਉਹ ਆਪਣੀਆਂ ਜਣੀਆਂ ਚੀਜ਼ਾਂ ਉਹ ਜਸਟੀਫਾਈ ਕਰ ਸਕਣ ਤੇ ਉਹ ਕਈ ਵਾਰ ਉਹਨਾਂ ਵੱਲੋਂ ਉਹਨਾਂ ਨੂੰ ਨਹੀਂ ਸਮਝ ਆਉਂਦਾ ਤੇ ਉਸ ਚੀਜ਼ਾਂ ਨੂੰ ਜਿਹੜੀਆਂ ਪ੍ਰੋਪਰ ਤਰੀਕੇ ਨਾਲ ਸੀਓਏ ਜਿਹੜੀਆਂ ਰੱਦ ਵੀ ਨਹੀਂ ਕੀਤੀ ਜਾਂਦੀ ਕੈਨਸਲ ਵੀ ਨਹੀਂ ਕੀਤੀ ਜਾਂਦੀ ਤੇ ਬੱਚੇ ਤੱਕ ਵੀ ਨਹੀਂ ਚੀਜ਼ ਜਿਹੜੀ ਪਹੁੰਚ ਪਉਂਦੀ ਅਸੀਂ ਨਾਲ ਦੀ ਨਾਲ ਬੱਚੇ ਜਿਹੜੋ ਉੱਥੇ ਸਾਡੇ ਕਲਚਰ ਪ੍ਰੋਗਰਾਮ ਚ ਗਏ ਆ ਸਾਡੀਆਂ ਵਿਦੀਨ 1 ਵੀ ਕਨਫਰਮੇਸ਼ਨ ਆਫ ਇਨਰੋਲਮੈਂਟ ਜਿਹਨੀਆਂ ਬੱਚਿਆਂ ਦੇ ਹੱਥ ਵਿੱਚ ਆਈਆਂ ਨੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਅੱਜ ਇਸ ਚੀਜ਼ ਨੂੰ ਰਿਪਰੈਜ਼ੈਂਟ ਕਰਦੀਆਂ ਨੇ ਕਿ ਕਨਫਰਮੇਸ਼ਨ ਆਫ ਇਨਰੋਲਮੈਂਟ ਦੇਣ ਦੇ ਵਿੱਚ ਕਿਸੇ ਕਾਲਜ ਯੂਨੀਵਰਸਿਟੀ ਨੂੰ ਪ੍ਰੋਬਲਮ ਨਹੀਂ ਆ ਨਾ ਅੰਬੈਸੀ ਨੂੰ ਪ੍ਰੋਬਲਮ ਆ ਵੀਜ਼ਾ ਦੇਣ ਦੇ ਵਿੱਚ ਸਕਿੱਲ ਦੇ ਉੱਤੇ ਕੰਮ ਕਰਕੇ ਜਿਹੜੇ ਬੱਚੇ ਕੰਮ ਕਰਕੇ ਜਾ ਰਹੇ ਨੇ ਜਾਂ ਜਿਹੜੇ ਬੱਚੇ ਪ੍ਰੋਪਰ ਆਪਣੇ ਪੇਪਰ ਵਰਕ ਆਪਣੇ ਕੋਰਸ ਦੇ ਉੱਤੇ ਆਪਣੀ ਬੈਂਕਿੰਗ ਦੇ ਉੱਤੇ ਜਸਟੀਫਿਕੇਸ਼ਨ ਦੇ ਰਹੇ ਨੇ ਤੇ ਉਹਨਾਂ ਬੱਚਿਆਂ ਦੇ ਵੀਜ਼ਾਸ ਵੀ ਲੱਗ ਰਹੇ ਨੇ ਔਰ ਟਾਈਮਲੀ ਕਨਫਰਮੇਸ਼ਨ ਵੀ ਆਫ ਇਨਰੋਲਮੈਂਟ ਵੀ ਆ ਰਹੀ ਹੈ ਨਹੀਂ ਆਸਟ੍ਰੇਲੀਆ ਜਿਹੇ ਹਾਂ ਕੰਟਰੀ ਆ ਵਿਦਆਊਟ ਜਸਟੀਫਿਕੇਸ਼ਨ ਵਿਦਆਊਟ ਪ੍ਰੋਪਰ ਤੁਹਾਡੀ ਜੈਨੂਇਨਟੀ ਜਾਣੇ ਤੁਹਾਨੂੰ ਵੀਜ਼ਾ ਗ੍ਰਾਂਟ ਨਹੀਂ ਕਰੂਗਾ ਇਹ ਚੀਜ਼ ਦਾ ਆਪਾਂ ਧਿਆਨ ਰੱਖੀਏ ਕਿਉਂਕਿ ਆਸਟ੍ਰੇਲੀਆ ਬਹੁਤ ਸਟ੍ਰਿਕਟ ਹੈ ਇਨਾਂ ਚੀਜ਼ਾਂ ਨੂੰ ਲੈ ਕੇ ਕਿਉਂਕਿ ਅਸੀਂ ਹੀ ਆਸਟ੍ਰੇਲੀਆ ਨੂੰ ਸਿਖਾਇਆ ਹੈ ਉਹਨਾਂ ਕੰਟਰੀਆਂ ਸਨ ਨੂੰ ਅਸੀਂ ਹੀ ਦੱਸਿਆ ਕਿ ਅਸੀਂ ਮੈਨੀਪੂਲੇਸ਼ਨ ਕਿਸ ਲੈਵਲ ਤੇ ਕਰ ਸਕਦੇ ਆ ਹਾਂ ਬਿਲਕੁਲ ਹੈ ਜੇ ਤੁਸੀਂ ਆਸਟ੍ਰੇਲੀਆ ਜਾਣਾ ਚਾਹੁੰਦੇ ਹੋ ਹਜੇ ਵੀ ਵੈਲਕਮ ਕਰ ਰਿਹਾ ਆਸਟ੍ਰੇਲੀਆ ਪਰ ਜੈਨੂਇਨ ਸਟੂਡੈਂਟ ਹੋ ਜੇ ਤੁਸੀਂ ਤੁਹਾਡੇ ਕੋ ਫੰਡਸ ਹੈਗੇ ਆ ਇਨਕਮ ਆਫ ਸੋਰਸ ਹੈਗਾ ਜਿਵੇਂ ਮੈਂਮ ਨੇ ਕਿਹਾ ਹੈ ਕਿ ਰਿਟਰਨ ਆ ਹੈਗੀਆਂ ਨੇ ਹਰ ਚੀਜ਼ ਤੁਹਾਡੇ ਕੋ ਅਵੇਲੇਬਲ ਹੈ ਤਾਂ ਤੁਸੀਂ ਆਸਟ੍ਰੇਲੀਆ ਜਾ ਸਕਦੇ ਹੋ ਇਹਦਾ ਕਲਚਰ ਪ੍ਰੋਗਰਾਮ ਨਾਲ ਹੀ ਜਿਹੜੇ ਸਟੂਡੈਂਟ ਦਾ ਲੰਬਾ ਗੈਪ ਪੈ ਚੁੱਕਾ ਹੈ ਜਾਂ ਤੁਸੀਂ ਕਿਸੇ ਕੰਟਰੀ ਤੋਂ ਰਿਫਿਊਜ਼ ਹੋਤਾ ਤਾਂ ਵੀ ਤੁਸੀਂ ਆਸਟ੍ਰੇਲੀਆ ਦਾ ਸਟਡੀ ਵੀਜ਼ਾ ਅਪਲਾਈ ਕਰ ਸਕਦੇ ਹੋ ਹੋਰ ਹਰ ਇੱਕ ਬੱਚੇ ਦੀ ਜਿਹੜੀ ਪ੍ਰੋਫਾਈਲ ਹੈ ਅਲੱਗ-ਅਲੱਗ ਹੁੰਦੀ ਹੈ ਕਿਹੜੇ ਬੱਚੇ ਲਈ ਕਿੱਥੋਂ ਦੀ एलिजिਬਿਲਟੀ ਬਣਦੀ ਹੈ ਉਹ ਤੁਸੀਂ ਕਾਲ ਕਰਕੇ ਹੀ ਪੁੱਛ ਸਕਦੇ ਹੋ ਕਾਲ ਕਰਕੇ ਆਪਣੀ ਪ੍ਰੋਫਾਈਲ ਡਿਸਕਸ ਕਰੋ ਉਸ ਤੋਂ ਬਾਅਦ ਆ ਜਿਹੜੀ ਪੂਰੀ ਜਾਣਕਾਰੀ ਲਓ ਕਿ ਕਿਸ ਪ੍ਰੋਗਰਾਮ ਦਾ ਹੈ ਤੁਸੀਂ ਵਿਦੇਸ਼ ਜਾਣ ਦਾ ਜਿਹੜਾ ਆਪਣਾ ਸੁਪਨਾ ਹੈ ਪੂਰਾ ਕਰ ਸਕਦੇ ਹੋ ਬਹੁਤ ਸਾਰੀਆਂ ਆਪਸ਼ਨਸ ਹੈਗੀਆਂ ਆ ਆਸਟ੍ਰੇਲੀਆ ਦੀ ਗੱਲ ਆਪਾਂ ਕਰ ਰਹੇ ਆ ਐਮਐਮ ਜਿਹੜੇ ਜੈਨੂਇਨ ਸਟੂਡੈਂਟ ਹੈਗੇ ਆ ਜਿਹੜੇ 23 ਪਾਸ ਆਊਟ ਨੇ ਉਹਨਾਂ ਦੇ ਲਈ ਕੀ ਆਪਸ਼ਨਸ ਹੈਗੀਆਂ ਇਸ ਟਾਈਮ ਆਸਟ੍ਰੇਲੀਆ ਦੇ ਸਾਡੇ ਕੋਲ ਫੈਬ੍ਰੀਨ ਟੇਕ ਅਵੇਲੇਬਲ ਸੀਗਾ ਬਟ ਫੈਬ੍ਰੀਨ ਟੇਕ ਬਹੁਤ अर्ਲੀ ਆ ਤਾਂ ਬੱਚਾ ਅਪ੍ਰੈਲ ਇਨਟੇਕ ਦੇ ਵਿੱਚ ਵੀ ਜਾ ਸਕਦਾ ਹੈ ਮਈ ਇਨਟ ਅਵੇਲੇਬਲ ਹੈ ਬਟ ਜਿਆਦਾ ਡਿਲੇ ਨਾ ਕਰੇ ਕਿਉਂਕਿ 2000 ਜਿਹੜਾ 23 ਪਾਸ ਆਊਟ ਬੱਚਾ ਹੈ ਉਹ ਅੱਗੇ ਜਾ ਕੇ ਜਿਹਨੀਆਂ ਚੀਜ਼ਾਂ ਹੈ ਉਹ ਉਹਨੂੰ ਫੇਸ ਕਰਨੀਆਂ ਪੈ ਸਕਦੀਆਂ ਜਸਟੀਫਿਕੇਸ਼ਨ ਦੇਣੀਆਂ ਪੈ ਸਕਦੀਆਂ ਔਰ ਜਿਹੜਾ ਬੱਚਾ ਇਥੇ 2023 ਵਾਲਾ ਸਟੱਡੀ ਵੀਜ਼ਾ ਤੇ ਅਪਲਾਈ ਕਰਨਾ ਚਾਹੁੰਦਾ ਹੈ ਟਿਊਸ਼ਨ ਫੀਸ ਆਫਟਰ ਵੀਜ਼ਾ ਪੇ ਕਰਨਾ ਚਾਹੁੰਦਾ ਹੈ ਸਿਰਫ ਆਪਣੀ ਬੈਂਕਿੰਗ ਜਿਹੜੀ ਆ ਉਹ ਦੇ ਕੇ ਉਹਦੇ ਬੇਸ ਤੇ ਅਪਲਾਈ ਕਰਨਾ ਚਾਹੁੰਦਾ ਤੇ ਉਸ ਬੇਸ ਤੇ ਵੀ ਅਪਲਾਈ ਹੋ ਜਾਊਗਾ ਉਹਦੇ ਲਈ ਵੀ ਸਾਡੇ ਕੋਲ ਕਾਫੀ ਜਿਹੜੀਆਂ ਚੀਜ਼ਾਂ ਅਵੇਲੇਬਲ ਨੇ ਓਵਰ ਆਲ 5.5 ਹਾਈਲਰਿਟ ਸਕੋਰ ਤੇ 2023 ਵਾਲਾ ਬੱਚਾ ਅਪਲਾਈ ਕਰ ਸਕਦਾ ਹੈ ਪੀਟੀ ਸਕੋਰ 50 ਹੈ ਉਹਦੇ ਉੱਤੇ ਵੀ ਬੱਚਾ ਅਪਲਾਈ ਕਰ ਸਕਦਾ ਹੈ ਬਸ ਲੋਕੇਸ਼ਨ ਜਿਵੇਂ ਪਰਥ ਹੋ ਗਿਆ ਸਾਨੂੰ ਥੋੜਾ ਜਿਹਾ ਰੂਲਰ ਏਰੀਆ ਦੇ ਵੱਲ ਚੱਲਣਾ ਪਊਗਾ ਕਿਉਂਕਿ ਕੱਲ ਦੇ ਦਿਨ ਪੀਆਰ ਵੀ ਲੈਣੀ ਆ ਤੇ ਆਪਾਂ ਵੀਜ਼ਾ ਵੀ ਲੈਣਾ ਹੈ ਕਨਫਰਮੇਸ਼ਨ ਆਫ ਇਨਰੋਲਮੈਂਟ ਦੀ ਜੇ ਗੱਲ ਕਰਾਂ ਤਾਂ ਸਾਡੀ ਕੰਪਨੀ ਵੱਲੋਂ ਫੁੱਲ ਸ਼ਾਰਟ ਹੀ ਦਿੱਤੀ ਜਾਂਦੀ ਹੈ ਕਿ ਵਿਦੀਨ 15 ਡੇਜ਼ ਅਸੀਂ ਬੱਚੇ ਦੀ ਜਿਹੜੀ ਕਨਫਰਮੇਸ਼ਨ ਆਫ ਇਨਰੋਲਮੈਂਟ ਜਿਹੜੀ ਆ ਮੰਗਵਾ ਲਾਂਗੇ ਤੇ ਬੱਚੇ ਨੂੰ ਬੈਂਕਿੰਗ ਦੇ ਉੱਤੇ ਕੰਮ ਕਰਕੇ ਆਉਣਾ ਪਊਗਾ ਸਾਡੇ ਕੋਲ ਔਰ ਆਪਣੇ ਫਾਈਨੈਂਸ਼ੀਅਲ ਡਾਕੂਮੈਂਟਸ ਦੇ ਉੱਤੇ ਕੰਮ ਕਰਕੇ ਆਉਣਾ ਪਊਗਾ ਉਸ ਤੋਂ ਅਗਲਾ ਜਿਹੜਾ ਸਾਰਾ ਕੋਰਸ ਸਿਲੈਕਸ਼ਨ ਹੋ ਗਈ ਪਰਮਿਟਸ ਆ ਕਾਲਜ ਹੋ ਗਿਆ ਯੂਨੀਵਰਸਿਟੀ ਹੋ ਗਈ ਉਹ ਸਾਡੇ ਵੱਲੋਂ ਪ੍ਰੋਪਰ ਬੱਚੇ ਨੂੰ ਗਾਈਡ ਕੀਤੀ ਜਾਊਗੀ ਇਹ ਸਾਰੇ ਕਾਉਂਸਲਿੰਗ ਦੇ ਪਾਰਟ ਨੇ ਬੱਚੇ ਨੂੰ ਪ੍ਰੋਪਰ ਕਾਉਂਸਲਿੰਗ ਲੈਣੀ ਚਾਹੀਦੀ ਆ ਮੈਂ ਕਹਾਂ ਕਿ ਮੈਂ 20 ਲੱਖ ਚ ਪੈਕੇਜ ਵੇਚ ਰਹੀ ਆ ਤੁਸੀਂ ਮੈਨੂੰ ਪੇਪਰ ਦੇ ਜੋ ਆ ਜਾਓ ਮੈਂ ਥੇ ਬੈਠ ਕੇ بڑے ਪ੍ਰੋਡਕਟ ਨੂੰ ਉਸ ਲੈਵਲ ਤੇ ਸੇਲ ਕਰਾਂ ਕਿ ਕਿ ਮੈਂ ਕਹਾਂ ਕਿ ਬੱਚਾ ਮੇਰੇ ਕੋਲ ਆਵੇ ਕਿ ਮੈਂ ਇੱਕ ਐਜੂਕੇਸ਼ਨਲ ਤਰੀਕੇ ਨਾਲ ਕੰਨੀ ਆ ਇਹ ਕੋਈ ਪ੍ਰੋਡਕਟ ਨਹੀਂ ਹੈ ਇਹ ਕੋਈ ਇਹੋ ਜੀ ਚੀਜ਼ ਨਹੀਂ ਹੈ ਕਿ ਇਹ ਕੋਈ ਫੋਨ ਹੈ ਕਿ ਜਿਹੜਾ ਮੈਂ ਸੇਲ ਕਰ ਰਹੀ ਹਾਂ ਕਿ ਤੁਸੀਂ ਆ ਜਾਓ ਮੇਰੇ ਕੋਲ ਲੈ ਜਾਓ ਯੂ نو ਵੇਖ ਲਓ ਪਰਖ ਲਓ ਫਿਰ ਉਸ ਤੋਂ ਬਾਅਦ ਮੈਨੂੰ ਪੈਸੇ ਦੇ ਦਿਓ ਮੈਂ ਕਹਨੀ ਆ ਕਿ ਇਹਦੇ ਵਿੱਚ ਬੱਚੇ ਨੂੰ ਪ੍ਰੋਪਰ ਤਰੀਕੇ ਨਾਲ ਆਪਣੀ ਬੈਂਕਿੰਗ ਪ੍ਰੋਪਰ ਤਰੀਕੇ ਨਾਲ ਆਪਣੀਆਂ ਫੀਸਿਸ ਪ੍ਰੋਪਰ ਤਰੀਕੇ ਨਾਲ ਡਾਕੂਮੈਂਟਸ ਸਾਨੂੰ ਦੇਣੇ ਪੈਣਗੇ ਪ੍ਰੋਪਰ ਸਿਸਟਮ ਨੂੰ ਸਮਝਣਾ ਪਊਗਾ ਸਭ ਤੋਂ ਬਾਅਦ ਜਿਹੜੀਆਂ ਚੀਜ਼ਾਂ ਖਰਾਬ ਹੋਈਆਂ ਪੈਕੇਜ ਸਿਸਟਮ ਨਾ ਖਰਾਬ ਹੋਈਆਂ ਇਸ ਪੈਕੇਜ ਸਿਸਟਮ ਚੋ ਬੱਚੇ ਨੂੰ ਬਾਹਰ ਨਿਕਲਣਾ ਚਾਹੀਦਾ ਆਪਣੀ ਟਿਸ਼ਨ ਫੀਸ ਭਾਵੇਂ ਆਫਟਰ ਵੀਜ਼ਾ ਪੇ ਕਰਨੀ ਆ ਕਨਫਰਮੇਸ਼ਨ ਆਫ ਇਨਰੋਲਮੈਂਟ ਦੇ ਚਾਰजेस ਤੇ ਵੀ ਤੁਸੀਂ ਅਪਲਾਈ ਕਰ ਸਕਦੇ ਹੋ ਸਾਡੇ ਕੋਲ ਵੀ ਕਾਲਜਸ ਅਵੇਲੇਬਲ ਨੇ ਬੈਂਕਿੰਗ ਔਰ ਪ੍ਰੋਪਰ ਡਾਕੂਮੈਂਟਸ ਦੇ ਕੇ ਹੀ ਵੀਜ਼ਾ ਲਿਆ ਜਾ ਸਕਦਾ ਹੈ ਆਸਟ੍ਰੇਲੀਆ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਮੈਨਿਪੂਲੇਸ਼ਨ ਨਹੀਂ ਚਲਣੀ ਜੇ ਤੁਸੀਂ ਜੈਨੂਇਨ ਸਟੂਡੈਂਟ ਹੋ ਇੱਕ ਜੈਨੂਇਨ ਤਰੀਕੇ ਨਾਲ ਆਪਣੀ ਫਾਈਲ ਪੁਟ ਔਨ ਕਰਦੇ ਹੋ ਤਾਹੀਂ ਵੀਜ਼ਾ ਨਿਕਲਣਾ ਆਦਰਵਾਇਜ਼ ਕੋਈ ਫਾਇਦਾ ਨਹੀਂ ਆਪਣੇ ਪ੍ਰੋਫਾਈਲ ਨੂੰ ਕਿਸੇ ਦੇ ਹੱਥ ਚ ਦੇ ਕੇ ਖਰਾਬ ਕਰਾਣਾ ਤੇ ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਨਾ ਹੋਵੇ ਕਿ ਤੁਹਾਡੀ ਫਾਈਲ ਦੇ ਵਿੱਚ ਕੀ ਡਾਕੂਮੈਂਟਸ ਲੱਗਿਆ ਕੀ ਕੋਰਸ ਸਿਲੈਕਸ਼ਨ ਸੀ ਕੀ ਫੰਡਿੰਗ ਡਾਕੂਮੈਂਟ ਸੀ ਕੀ ਫਾਈਨੈਂਸ਼ੀਅਲ ਡਾਕੂਮੈਂਟ ਸੀ ਦੁਬਾਰਾ ਤੁਸੀਂ ਅਪਲਾਈ ਕਰਨ ਜੋਗੇ ਨਾ ਰਹੋ ਇਸ ਕਰਕੇ ਸਿਸਟਮ ਨੂੰ ਸਮਝੋ ਹਰ ਕੰਟਰੀ ਦੇ ਹਰ ਕੰਟਰੀ ਦੇ ਰੂਲ ਐਂਡ ਰੈਗੂਲੇਸ਼ਨਸ ਨੂੰ ਸਮਝੋ ਹਰ ਕੰਟਰੀ ਦੇ ਵਿੱਚ ਪ੍ਰੋਪਰ ਤਰੀਕੇ ਨਾਲ ਫਾਈਲ ਨੂੰ ਪੁਟ ਆਨ ਕਰੋ ਚਾਹੇ ਤੁਸੀਂ ਕੈਨੇਡਾ ਅਪਲਾਈ ਕਰ ਰਹੇ ਹੋ ਆਸਟ੍ਰੇਲੀਆ ਅਪਲਾਈ ਕਰ ਰਹੇ ਹੋ ਯੂਕੇ ਅਪਲਾਈ ਕਰ ਰਿਹਾ ਹਰ ਕੰਟਰੀ ਜਸਟੀਫਿਕੇਸ਼ਨ ਔਰ ਪੇਪਰਵਰਕ ਮੰਗਦਾ ਹੈ ਵਿਦਾਊਟ ਪੇਪਰਵਰਕ ਵਿਦਾਊਟ ਜਸਟੀਫਿਕੇਸ਼ਨ ਕੋਈ ਕੰਟਰੀ ਸਾਨੂੰ ਵੀਜ਼ਾ ਗ੍ਰਾਂਟ ਨਹੀਂ ਕਰੂਗਾ ਹੂੰ ਅ ਬਿਲਕੁਲ ਜੇ ਤੁਹਾਡੇ ਪੇਪਰ ਵਰਕ ਪੂਰੇ ਹੈਗੇ ਆ ਜਿਵੇਂ ਮੈਮ ਨੇ ਕਿਹਾ ਤੁਸੀਂ 23 ਪਾਸਵਰਟ ਹੋ ਤਾਂ ਫਰਵਰੀ ਜਾਂ ਮਈ ਇਨਟੇਕ ਦੇ ਲਈ ਤੁਸੀਂ ਆਸਟ੍ਰੇਲੀਆ ਜਾ ਸਕਦੇ ਹੋ ਸੀਟਾਂ ਅਵੇਲੇਬਲ ਹੈਗੀਆਂ ਤੁਹਾਡੇ 5.5 ਬੈਂਡ ਨੇ ਜਾਂ ਤੁਹਾਡੇ ਪੀਟੀ ਦੇ ਵਿੱਚ 40 45 ਸਕੋਰ ਵੀ ਰਹਿ ਗਿਆ ਤਾਂ ਵੀ ਤੁਸੀਂ ਆਸਟ੍ਰੇਲੀਆ ਦਾ ਸਟਡੀ ਵੀਜ਼ਾ ਅਪਲਾਈ ਕਰ ਸਕਦੇ ਹੋ ਪਰ ਫਾਈਨੈਂਸ਼ਲੀ ਤੌਰ ਤੇ ਜਿਵੇਂ ਮੈਮ ਨੇ ਕਿਹਾ ਕਿ ਤੁਸੀਂ ਬਹੁਤ ਹੀ ਸਟਰੋਂਗ ਹੋਣੇ ਚਾਹੀਦੇ ਹੋ ਤੁਹਾਡੇ ਕੋ ਇਨਕਮ ਸੋਰਸ ਹੋਣੇ ਚਾਹੀਦੇ ਆ ਇਨਕਮ ਆਫ ਪ੍ਰੂਫ ਹੋਣੇ ਚਾਹੀਦੇ ਆ ਔਰ ਤੁਹਾਡੇ ਕੋ ਫੰਡਸ ਨੂੰ ਲੈ ਕੇ ਵਧੀਆ ਤਰੀਕੇ ਨਾਲ ਹੋਣਾ ਚਾਹੀਦਾ ਖਾਸ ਤੌਰ ਤੇ ਮੈਂ ਇੰਨੀ ਸ਼ਕਤੀ ਕਿਉਂ ਦਿਖਾ ਰਿਹਾ ਆਸਟ੍ਰੇਲੀਆ ਜਿਵੇਂ ਆਪਾਂ ਦੇਖਦੇ ਆ ਪਿਛਲੇ ਦਿਨਾਂ ਚ ਬਹੁਤ ਸਾਰੇ ਸਟੂਡੈਂਟ ਗਏ ਵੀ ਆ ਪਰ ਹੁਣ ਪਿਛਲੇ 2-4 ਮਹੀਨੇ ਤੋਂ ਸਖਤ ਕਿਉਂ ਹੈ ਕਿ ਇੱਥੇ ਸਟੂਡੈਂਟ ਦੀ ਗਲਤੀ ਹੈ ਔਰ ਦੂਜਾ ਸਵਾਲ ਇਹਦੇ ਨਾਲ ਨਾਲ ਇਹ ਵੀ ਹੈ ਕਿ ਪੰਜਾਬ ਔਰ ਹਰਿਆਣਾ ਸਟੂਡੈਂਟ ਨੂੰ ਕੀ ਉਹ ਵੀ ਅਪਲਾਈ ਕਰ ਸਕਦੇ ਆ ਹੁਣੇ ਉਹਨਾਂ ਕੋ ਟਾਈਮ ਹੈਗਾ ਜਾਂ ਉਹਨਾਂ ਨੂੰ ਬਿਲਕੁਲ ਹੀ ਨਾ ਕਰ ਦਿੱਤੀ ਗਈ ਹੈ ਅ ਪਲਵਿੰਦਰ ਜੀ ਪੰਜਾਬ ਔਰ ਹਰਿਆਣਾ ਸਟੂਡੈਂਟਸ ਦੇ ਪੇਪਰਵਰਕ ਦੇ ਉੱਤੇ ਜ਼ਿਆਦਾ ਜਿਹੜੀ ਆ ਉਹ ਜੋਸਟੀਫਿਕੇਸ਼ਨ ਹੈ ਜ਼ਿਆਦਾ ਕਲੈਰੀਫਿਕੇਸ਼ਨਸ ਨੇ ਜ਼ਿਆਦਾ ਉਸ ਇਹ ਚੀਜ਼ ਨੂੰ ਡਾਊਟਫੁਲੀ ਲਿਆ ਜਾਂਦਾ ਕਿਉਂਕਿ ਇਨ੍ਹਾਂ ਦੋਨੋਂ ਸਟੇਟ ਦੇ ਵਿੱਚੋਂ ਜਿੰਨਾ ਡਾਕੂਮੈਂਟ ਬਣ ਕੇ ਔਰ ਮੈਨਿਪੂਲੇਸ਼ਨ ਗਈ ਆ ਅਦਰ ਸਟੇਟ ਦੇ ਵਿੱਚੋਂ ਇੰਨੀ ਨਹੀਂ ਗਈ ਕਿਉਂਕਿ ਡਾਕੂਮੈਂਟਸ ਔਰ ਪੇਪਰਵਰਕ ਜਦੋਂ ਬਣ ਕੇ ਜਾਂਦਾ ਹੈ ਵੀਜ਼ਾ ਆਫੀਸਰ ਨੂੰ ਪਤਾ ਲੱਗ ਜਾਂਦਾ ਹੈ ਕਿ ਇਸ ਸਟੇਟ ਦੇ ਵਿੱਚ ਕਿੰਨੀਆਂ ਚੀਜ਼ਾਂ ਮੈਨਿਪੂਲੇਟ ਹੋਈਆਂ ਇੱਥੇ ਬੈਂਕਿੰਗ ਵੀ ਮੈਨਿਪੂਲੇਟ ਹੋਈ ਆ ਐਜੂਕੇਸ਼ਨਲ ਡਾਕੂਮੈਂਟਸ ਗੈਪ ਨੂੰ ਜਸਟੀਫਾਈ ਕਰਨ ਲਈ ਡਾਕੂਮੈਂਟਸ ਇਸ ਕਰਕੇ ਪੰਜਾਬ ਔਰ ਹਰਿਆਣਾ ਵਾਲੇ ਬੱਚਿਆਂ ਨੂੰ ਜੈਨੂਇਨ ਤਰੀਕੇ ਨਾਲ ਅਪਲਾਈ ਕਰਨਾ ਚਾਹੀਦਾ ਜੋ ਪੇਪਰਵਰਕ ਹੈਗਾ ਉਹਦੇ ਤੇ ਅਪਲਾਈ ਤਦੈ ਤੁਹਾਡਾ ਗੈਪ ਪੈ ਗਿਆ ਜਾਂ ਤੁਹਾਡਾ ਆਇਲਟਸ ਪੀਟੀ ਸਕੋਰ ਨਹੀਂ ਹੈ ਤਾਂ ਤੁਸੀਂ ਕਲਚਰ ਸਟਡੀ ਐਕਸਚੇਂਜ ਪ੍ਰੋਗਰਾਮ ਚ ਵੀ ਅਪਲਾਈ ਕਰਕੇ ਜਾ ਸਕਦੇ ਹੋ ਇਸ ਕਰਕੇ ਕਿਸੇ ਵੀ ਤਰ੍ਹਾਂ ਦੀ ਪੰਜਾਬ ਔਰ ਹਰਿਆਣਾ ਬੋਰਡ ਦੇ ਖਾਸ ਕਰਕੇ ਬੱਚਿਆਂ ਨੂੰ ਇਹ ਮੈਸੇਜ ਹੈ ਕਿ ਕਿਸੇ ਵੀ ਤਰ੍ਹਾਂ ਦੀ ਮੈਨਿਪੂਲੇਸ਼ਨ ਆਸਟ੍ਰੇਲੀਆ ਦੇ ਵੱਲੋਂ ਬਰਦਾਸ਼ਤ ਨਹੀਂ ਹੋਊਗੀ ਇਸ ਕਰਕੇ ਜਿੰਨਾ ਡਾਕੂਮੈਂਟ ਹੈ ਜੈਨੂਇਨ ਤਰੀਕੇ ਨਾਲ ਲਾਇਆ ਜਾਵੇ ਕਿਉਂਕਿ ਇਹ ਦੋ ਸਟੇਟਾਂ ਦੇ ਜਿਹੜੇ ਡਾਕੂਮੈਂਟਸ ਹੈ ਰੋ ਪੇਪਰਵਰਕ ਹੈ ਇਹਦੇ ਉੱਤੇ ਪ੍ਰੋਪਰ ਜਿਹੜਾ ਉਹ ਕੰਮ ਜਿਹੜਾ ਕਰਕੇ ਜਿਹੜਾ ਫਾਈਲ ਨੂੰ ਸਾਨੂੰ ਪੁੱਟ ਆਨ ਕਰਨਾ ਪੈਂਦਾ ਕਿਉਂਕਿ ਇਸ ਵਿੱਚ ਹਰ ਡਾਕੂਮੈਂਟ ਚੈੱਕ ਹੁੰਦਾ ਬਲਕਿ ਸਾਡੇ ਕੋਲ ਵੀ ਸਟੂਡੈਂਟ ਜਦੋਂ ਪੰਜਾਬ ਹਰਿਆਣਾ ਦਾ ਆਂਦਾ ਆਸਟ੍ਰੇਲੀਆ ਲਈ ਅਪਲਾਈ ਕਰਨ ਲਈ ਅਸੀਂ ਵੀ ਸਭ ਤੋਂ ਪਹਿਲਾਂ ਉਹਦੇ ਡਾਕੂਮੈਂਟਸ ਤੇ ਪੇਪਰਵਰਕ ਨੂੰ ਲੈ ਕੇ ਸ਼ੋਰ ਹੁੰਨੇ ਆ ਕਿ ਇਹ ਡਾਕੂਮੈਂਟ ਜੈਨੂਅਨ ਆ ਨਾ ਪੇਪਰਵਰਕ ਜੈਨੂਅਨ ਆ ਕੋਈ ਹਾਈਲਾਈਟਸ ਮੈਨਿਪੂਲੇਟਡ ਤਾਂ ਨਹੀਂ ਕੋਈ ਪੀਟੀ ਤਾਂ ਮੈਨਿਪੂਲੇਸ਼ਨ ਦੇ ਵਿੱਚ ਨਹੀਂ ਆ ਕੋਈ ਪਲੱਸ 2 ਦਾ ਡਾਕੂਮੈਂਟ ਤਾਂ ਨਹੀਂ ਬਣਾਇਆ ਕਈ ਵਾਰ ਬੱਚਾ ਨੇ ਦੋ ਦੋ ਵਾਰ ਪਲੱਸ 2 ਕੀਤੀ ਹੁੰਦੀ ਆ ਇੱਕ ਇਸ ਬੋਰਡ ਤੋਂ ਕੀਤੀ ਆਈਸੀਆਈ ਬੋਰਡ ਤੋਂ ਕੀਤੀ ਇੱਕ ਸੀਬੀਐਸਸੀ ਬੋਰ ਉਦ ਬੱਚਾ ਕਹਿੰਦਾ ਦੇਖ ਲਓ ਜੀ ਜਿਹਦੇ ਵਿੱਚ ਉਹ ਚੰਗੇ ਨੰਬਰ ਆ ਵੀਜ਼ਾ ਨਿਕਲ ਸਕਦਾ ਉਹਦੇ ਵਿੱਚ ਲਾ ਦਿਓ ਐਵੇਂ ਤੇ ਡਾਊਟਫੁਲੀ ਜਿਹੜੇ ਬੱਚੇ ਆ ਉਹ ਆਸਟ੍ਰੇਲੀਆ ਦੇ ਵਿੱਚ ਸੋਚ ਸਮਝ ਕੇ ਅਪਲਾਈ ਕਰਨ ਤੇ ਜਿਹੜਾ ਬੱਚਾ ਵੀ ਅਪਲਾਈ ਕਰ ਰਿਹਾ ਇੱਕ ਪ੍ਰੋਪਰ ਤਰੀਕੇ ਨਾਲ ਜੀਟੀ ਜਿਹੜਾ ਤੁਹਾਡਾ ਕਲੀਅਰ ਹੋ ਕੇ ਆਉਂਦਾ ਉਹਦੇ ਵਿੱਚ ਜਿਹੜੀ ਬੈਂਕਿੰਗ ਤੁਸੀਂ ਦਿੱਤੀ ਆ ਉਹੀ ਐਮਬੈਸੀ ਦੇ ਵਿੱਚ ਬੈਂਕਿੰਗ ਦੋ ਬੱਚਾ ਸੀਓਈ ਕਨਫਰਮੇਸ਼ਨ ਆਫ ਇਨਰੋਲਮੈਂਟ ਲਈ ਕਈ ਵਾਰ ਹੋਰ ਬੈਂਕਿੰਗ ਦੇ ਦਿੰਦਾ ਜਦੋਂ ਫਾਈਲ ਐਮਬੈਸੀ ਦੇ ਵਿੱਚ ਲਗਾਨੀ ਆ ਉਦੋਂ ਕਈ ਵਾਰ ਹੋਰ ਦੇ ਦਿੰਦਾ ਤੇ ਉਹ ਜਿਹੜੀ ਤੁਹਾਡੀ ਬੈਂਕਿੰਗ ਆ ਉਹ ਮੈਚ ਹੋਣੀ ਆ ਵੀਜ਼ਾ ਆਫੀ ਲੋ ਵੈਰੀਫਾਈ ਕੀਤੀ ਜਾਣੀ ਹੈ ਕਾਲਜ ਤੇ ਯੂਨੀਵਰਸਿਟੀ ਨਾਲ ਇਸ ਕਰਕੇ ਕਿਸੇ ਵੀ ਤਰ੍ਹਾਂ ਦੀ ਮੈਨਿਪੂਲੇਸ਼ਨ ਐਮਬੈਸੀ ਦੇ ਵਿੱਚ ਨਹੀਂ ਚਲਣੀ ਇਸ ਚੀਜ਼ ਦਾ ਧਿਆਨ ਤੁਹਾਨੂੰ ਬੜੇ ਹੀ ਤਰੀਕੇ ਨਾਲ ਰੱਖਣਾ ਪਊਗਾ ਤੇ ਪੈਕੀਜ ਸਿਸਟਮ ਤੋਂ ਬਾਹਰ ਨਿਕਲਣਾ ਪਊਗਾ ਕਿਉਂਕਿ ਪੈਕੀਜ ਵਾਲੇ ਜਿਹੜੇ ਬੱਚੇ ਮੋਸਟਲੀ ਸਾਡੇ ਬੱਚੇ ਸੀਗੇ ਉਹ ਜਿਹੜੇ ਆ ਉਹ ਇੱਕ ਬਲੈਂਕ ਹੁੰਦੇ ਨੇ ਉਹਨਾਂ ਨੂੰ ਕੁਝ ਨਹੀਂ ਪਤਾ ਹੁੰਦਾ ਉਹਨਾਂ ਦੀਆਂ ਫਾਈਲ ਦੇ ਵਿੱਚ ਕੀ ਲੱਗਿਆ ਤੇ ਮੋਸਟਲੀ ਜਿਹੜੀਆਂ ਚੀਜ਼ਾਂ ਮੈਨਿਪੂਲੇਟ ਹੋਈਆਂ ਕਿਤੇ ਨਾ ਕਿਤੇ ਮੈਰੇ ਮੈਨੂੰ ਲੱਗਦਾ ਹੈ ਕਿ ਪੈਕੀਜ ਸਿਸਟਮ ਕਰਕੇ ਹੋਈਆਂ ਬੱਚਿਆਂ ਦੇ ਦਿਮਾਗ 'ਚ ਗਿਆ ਜਾਂ ਕਿਸੇ ਕੰਸਲਟੈਂਟ ਵੱਲੋਂ ਜਾਂ ਕਿਸੇ ਏਜੰਟ ਵੱਲੋਂ ਇਹ ਚੀਜ਼ ਕਰਕੇ ਲਾਈ ਗਈ ਆ ਇਹ ਚੀਜ਼ ਹੁਣ ਹਰ ਸਟੂਡੈਂਟਸ ਦੇ ਲਈ ਖੜੀ ਕ੍ਰੀਏਟ ਹੋ ਚੁੱਕੀ ਹੈ ਖੜੀ ਹੋ ਚੁੱਕੀ ਆ ਹਰ ਸਟੂਡੈਂਟ ਨੂੰ ਜਸਟੀਫਿਕੇਸ਼ਨ ਅੰਬੈਸੀ ਦੇ ਵਿੱਚ ਐਂਡ ਕਾਲਜ ਯੂਨੀਵਰਸਿਟੀ ਦੇ ਵਿੱਚ ਦੇਣੀ ਪੈ ਰਹੀ ਆ ਅ ਬਿਲਕੁਲ ਤੁਸੀਂ ਆਸਟ੍ਰੇਲੀਆ ਜਾਣ ਦਾ ਸੁਪਨਾ ਦੇਖ ਰਹੇ ਹੋ ਕੈਨੇਡਾ ਜਾਣਾ ਚਾਹੁੰਦੇ ਹੋ ਪਹਿਲਾਂ ਅਸੀਂ ਕੈਨੇਡਾ ਦੀ ਗੱਲ ਕੀਤੀ ਆ ਹੁਣ ਆਸਟ੍ਰੇਲੀਆ ਦੀ ਕਰ ਰਹੇ ਆ ਸਕਰੀਨ ਦੇ ਉੱਤੇ ਨੰਬਰ ਡਿਸਪਲੇ ਹੋ ਰਿਹਾ ਤੁਹਾਡੇ ਜ਼ਿਹਨ ਦੇ ਵਿੱਚ ਕੋਈ ਵੀ ਸਵਾਲ ਹੈ ਤਾਂ ਤੁਸੀਂ ਇਸ ਨੰਬਰ ਦੇ ਉੱਤੇ ਕਾਲ ਕਰਕੇ ਜਾਣ ਨੰਬਰ ਨਹੀਂ ਲੱਗ ਰਿਹਾ ਬੀਜ਼ੀ ਹੈ ਤਾਂ ਕੱਲ ਮਾਰਨਿੰਗ ਦੇ ਵਿੱਚ ਵੀ ਤੁਸੀਂ ਇਸੇ ਨੰਬਰ ਤੇ ਕਾਲ ਕਰੋ ਨੰਬਰ ਸੇਵ ਕਰ ਸਕਦੇ ਹੋ ਮੈਡਮ ਨੂੰ ਮਿਲਣਾ ਚਾਹੁੰਦੇ ਹੋ ਗੁਰਪ੍ਰੀਤ ਕੌਰ ਬਾਠ ਮੈਮ ਨੇ ਸਾਡੇ ਨਾਲ ਇਹਨਾਂ ਨੂੰ ਮਿਲਣਾ ਚਾਹੁੰਦੇ ਹੋ ਤਾਂ ਮੁਹਾਲੀ ਫੇਸ 1 ਦੇ ਵਿੱਚ ਆ ਕੇ ਇਹਨਾਂ ਦਾ ਆਫਿਸ ਐਕ੍ਰੇਟੀ ਫਿਊਚਰ ਦਾ ਉੱਥੇ ਆ ਕੇ ਤੁਸੀਂ ਇਹਨਾਂ ਨੂੰ ਮਿਲ ਸਕਦੇ ਹੋ ਕਿਸੇ ਵੀ ਦਿਨ ਆਓ ਪਹਿਲਾਂ ਫੋਨ ਦੇ ਉੱਤੇ ਅਪਾਇੰਟਮੈਂਟ ਲਾਓ ਉਸ ਤੋਂ ਬਾਅਦ ਇਹਨਾਂ ਨੂੰ ਤੁਸੀਂ ਮਿਲ ਕੇ ਪੂਰੀ ਜਾਣਕਾਰੀ ਹੈ ਜਿਹੜੀ ਲੋ ਖਾਸ ਤੌਰ ਤੇ ਕਲਚਰ ਪ੍ਰੋਗਰਾਮ ਹੈ ਜਿਹੜਾ ਬਹੁਤ ਹੀ ਘੱਟ ਲੋਕ ਪ੍ਰਮੋਟ ਕਰਦੇ ਆ ਹਮੇਸ਼ਾ ਹੀ ਮੈਮ ਦੇ ਸਟੂਡੈਂਟ ਵੀ ਆਉਣ ਵਾਲੇ ਨੇ ਤੁਹਾਨੂੰ ਦਿਖਾਵਾਂਗੇ ਦਖਾਈਆਂ ਵੀ ਸੀ ਔਰ ਕਿਸ ਤਰ੍ਹਾਂ ਦੇ ਨਾਲ ਉਹਨਾਂ ਦਾ ਜਿਹੜਾ ਕਨਵਰਟ ਵੀਜ਼ਾ ਹੈਗਾ ਸਟੱਡੀ ਦੇ ਵਿੱਚ ਹੋਇਆ ਕਿਵੇਂ ਉਹ ਪਹੁੰਚੇ ਆ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਔਰ ਨਾਲ ਦੀ ਨਾਲ ਆਪਾਂ ਆਸਟ੍ਰੇਲੀਆ ਦੀ ਗੱਲ ਕਰ ਰਹੇ ਹਾਂ ਕਲਚਰ ਪ੍ਰੋਗਰਾਮ ਹੈ ਹੀ ਜੇ ਤੁਸੀਂ 18 19 20 21 ਪਾਸਵਰਡੋਂ ਤਾਂ ਤੁਸੀਂ ਕਿਵੇਂ ਅਪਲਾਈ ਕਰ ਸਕਦੇ ਹੋ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ